ਤੇਰੀ ਸ਼ੂਗਰ ਵਧੀ ਹੋਈ ਹੈ ਤੇ ਖੈਰ ਆਪਾਂ ਜਿਹੜੇ ਆਈਓ ਸੀ ਉਹਦੀ ਕਲਾਸ ਲਗਾਈਏ ਮੈਂ ਆਪਣੇ ਪੰਜਾਬ ਦੇ ਮੁੰਡਿਆਂ ਨੂੰ ਵੀ ਸਪੋਰਟ ਕਰਦੀ ਰਾਂਗੀ ਜੇ ਉਹ ਸਹੀ ਨੇ ਦੇਖੋ ਉਹਨਾਂ ਦੀ ਵਾਈਫ ਤੇ ਆਈ ਨਹੀਂ ਉਹਨੇ ਐਕਸਪਲੇਨੇਸ਼ਨ ਭੇਜਤੀ ਸੀ ਕਿ ਮੇਰੀ ਸ਼ੂਗਰ ਵਧੀ ਹੋਈ ਹੈ ਮੈਂ ਵੀ ਹੋ ਸਕਦਾ ਉਹ ਠੀਕ ਕਹਿ ਰਹੇ ਹੋਣ ਪਰ ਇੱਕ ਇਹਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੇ ਆਪਣੀ ਕੋਈ ਸਟੇਟਮੈਂਟ ਕੰਪਲੇਂਟ ਪੁਲਿਸ ਨੂੰ ਨਹੀਂ ਦਿੱਤੀ ਜੇ ਤੁਸੀਂ ਸੋਸ਼ਲ ਮੀਡੀਆ 'ਤੇ ਇੰਨਾ ਮੀਡੀਆ ਨੂੰ ਇੱਕ ਆਪਣੀ ਫੈਮਿਲੀ ਲਾਈਫ ਨੂੰ ਪਰਸਨਲ ਲਾਈਫ ਨੂੰ ਬੱਚਿਆਂ ਨੂੰ ਜਵਾਨ ਬੱਚੇ ਨੇ ਉਸ ਚੀਜ਼ ਨੂੰ ਲੈ ਕੇ ਬਾਹਰ ਆ ਰਹੇ ਹੋ ਅਤੇ ਤੁਸੀਂ ਕੰਪਲੇਂਟ 'ਤੇ ਐਟਲੀਸਟ ਇੱਕ ਪੁਲਿਸ ਨੂੰ ਕੋਈ ਲਿਖਿਤ 'ਚ ਕੰਪਲੇਂਟ ਤਾਂ ਦਿਓ ਜੇ ਤੁਹਾਨੂੰ ਲੱਗ ਰਿਹਾ ਤੁਹਾਡੇ ਨਾਲ ਜਾਤੀ ਹੋਈ ਹੈ ਫਿਰ ਉਸ ਤੋਂ ਬਾਅਦ ਕਮਿਸ਼ਨ ਬੁਲਾ ਰਿਹਾ ਤੁਹਾਨੂੰ ਤੁਸੀਂ ਤੁਹਾਡੇ ਕੋਲ ਕੱਲ੍ਹ ਤੁਹਾਨੂੰ ਸੰਮਨ ਭੇਜੇਗੇ ਅੱਜ ਉਹ ਇੱਥੇ ਉਪਸਥਿਤ ਸੀ ਆਪਣੇ ਕੁਛ ਨਾਲ ਕੁਲੀਗਸ ਨੂੰ ਲੈ ਕੇ ਆਏ ਹੋਏ ਸਨ ਅਤੇ ਵਾਈਫ ਉਹਨਾਂ ਦੀ ਆਈ ਨਹੀਂ ਜੀ ਕਿ ਮੇਰੀ ਸ਼ੂਗਰ ਵਧੀ ਹੋਈ ਹੈ ਅਤੇ ਖੈਰ ਆਪਾਂ ਜਿਹੜੇ ਆਈਓ ਸੀ ਉਹਦੀ ਕਲਾਸ ਲਗਾਈਏ ਕਿ ਜੇ ਸ਼ੂਗਰ ਵਧੀ ਹੋਈ ਸੀ ਤੁਸੀਂ ਬਾਹਰ 'ਤੇ ਬਹੁਤ ਚੌਧਰੀ ਬਣ ਜਾਂਦੇ ਹੋ ਵਹੀ ਤਾਂ ਹੀ ਫਿਰ ਦਿੰਦੇ ਹੋ ਆਮ ਬੰਦਿਆਂ ਦੀ ਰਿਪੋਰਟ ਡਾਕਟਰ ਨੂੰ ਬੁਲਾਉਂਦੇ ਉਹਦੀ ਸ਼ੂਗਰ ਟੈਸਟ ਕਰਵਾਉਂਦੇ ਤੁਹਾਨੂੰ ਕਮਿਸ਼ਨ ਦਾ ਮਤਲਬ ਪਤਾ ਹੋਣਾ ਚਾਹੀਦਾ ਜੇ ਕਮਿਸ਼ਨ ਨੇ ਬੁਲਾਇਆ ਹੈ ਆਪਾਂ ਉਹਦਾ ਵਰਜਨ ਸੁਣ ਲਿਆ ਅਤੇ ਵਾਈਫ ਦਾ ਵਰਜਨ ਜਾਂ ਤਾਂ ਇਨ ਰਿਟਰਨ ਉਹਦਾ ਸਟੇਟਮੈਂਟ ਲੈ ਕੇ ਤੁਹਾਨੂੰ ਆਉਣੀ ਚਾਹੀਦੀ ਸੀ ਤੁਸੀਂ ਪੁਲਿਸ ਦੇ ਮੁਲਾਜ਼ਮ ਹੋ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਾਰਵਾਈ ਦਾ ਅਤੇ ਖੈਰ ਆਪਾਂ ਉਹਨੂੰ ਸੁਣਿਆ ਉਹਨਾਂ ਦਾ ਇਹ ਕਹਿਣਾ ਸੀ ਕਿ ਉਹਨਾਂ ਦੀ ਸਿਸਟਰ ਇਨ ਲਾਅ ਸਾਲੀ ਦਾ ਬਹੁਤ ਜ਼ਿਆਦਾ ਇਨਫਲੂਐਂਸ ਹੈ ਉਹਨਾਂ ਦੀ ਲਾਈਫ 'ਚ ਬਹੁਤ ਟਾਈਮ ਤੋਂ ਸਫ਼ਰ ਕਰ ਰਹੇ ਨੇ ਉਹ ਰੋ ਪਿਆ ਮੈਨੂੰ ਬਹੁਤ ਦੁੱਖ ਲੱਗਾ ਹੈ ਕਿ ਇੱਕ ਜਵਾਨ ਬੱਚੇ ਨੇ ਪਰਿਵਾਰ ਇਸ ਟਾਈਮ ਕਿੱਥੇ ਜਾ ਰਿਹਾ ਜੇ ਇੱਕ ਸਾਲੀ ਦਾ ਇਨਫਲੂਐਂਸ ਲੈ ਕੇ ਉਹਨਾਂ ਨੇ ਆਪਣੀ ਵਾਈਫ ਦੇ ਬਾਰੇ 'ਚ ਜ਼ਿਆਦਾ ਕੁਛ ਜੋ ਸੋਸ਼ਲ ਮੀਡੀਆ 'ਤੇ ਦੇਖਣ 'ਚ ਆ ਰਿਹਾ ਇੱਕ ਪ੍ਰੋਮੀਨੈਂਟ ਬੰਦੇ ਦੀ ਲਾਈਫ ਨੂੰ ਲੈ ਕੇ ਔਰ ਮੈਂ ਇਸ ਚੀਜ਼ ਨੂੰ ਸਮਝਦੀ ਹਾਂ ਕਿ ਜਦੋਂ ਇੱਕ ਤੁਸੀਂ ਪਬਲਿਕ ਫਿਗਰ ਬਣ ਜਾਂਦੇ ਹੋ ਤੁਸੀਂ ਇੱਕ ਤੁਹਾਨੂੰ ਦੇ ਪਿੱਛੇ ਇੱਕ ਸੰਘਰਸ਼ ਵੀ ਛੁਪਿਆ ਹੁੰਦਾ ਉਸ ਬੰਦੇ ਦਾ ਔਰ ਪਰਸਨਲ ਲਾਈਫ 'ਚ ਜਦੋਂ ਇਹ ਚੀਜ਼ਾਂ ਪਰਿਵਾਰਿਕ ਮੈਂਬਰਸ ਬੜਾ ਪਰਸਨਲ ਹੁੰਦਾ ਹੈ ਵਿਆਹ ਦੇ ਵਿੱਚ ਇੱਕ ਵਾਈਫ ਅਤੇ ਸਿਰਫ ਬੱਚੇ ਔਰ ਜਦੋਂ ਇਹ ਸਾਲੀਆਂ ਸਾਲੇ ਰਿਸ਼ਤੇ ਇਹੋ ਜਿਹੇ ਇੱਕ ਇਨਫਲੂਐਂਸ ਆਪਣਾ ਵਧਾ ਦਿੰਦੇ ਨੇ ਜਦੋਂ ਇਨਸਾਨ ਸਫਲਤਾ ਦੀ ਸੀੜੀ 'ਤੇ ਚੜ੍ਹਦਾ ਹੈ ਤਾਂ ਉੱਥੇ ਦਰਾਰਾਂ ਪੈਣੀਆਂ ਵਾਜਿਬ ਨੇ ਅਤੇ ਮੈਨੂੰ ਇਹਦੇ 'ਚ ਦੁੱਖ ਹੈ ਉਹਨਾਂ ਦੀ ਵਾਈਫ ਆਈ ਨਹੀਂ ਪਰ ਆਪਾਂ ਇੰਸਟਰਕਸ਼ਨਸ ਉਹ ਰੋ ਪਿਆ ਕਿ ਉਹ ਆਪਣੇ ਬੱਚਿਆਂ ਨੂੰ ਮਿਲਣਾ ਚਾਹੁੰਦਾ ਇੱਕ ਕੰਸਰਨ ਇੱਕ ਦਰਦ ਨਜ਼ਰ ਆਇਆ ਵਿਮੈਨ ਕਮਿਸ਼ਨ ਦਾ ਇਹ ਮਤਲਬ ਨਹੀਂ ਹੈ ਕਿ ਜੇ ਔਰਤ ਗਲਤ ਹੈ ਤਾਂ ਆਪਾਂ ਔਰਤ ਨੂੰ ਹੀ ਸਪੋਰਟ ਕਰਾਂਗੇ ਜੇ ਜੈਂਟ ਸਹੀ ਹੈ ਤਾਂ ਮੇਰੀ ਕਮਿਸ਼ਨ ਜਦ ਤੱਕ ਇਸ ਦੇਸ਼ 'ਚ ਮੈਨ ਕਮਿਸ਼ਨ ਨਹੀਂ ਬਣੇਗਾ ਮੈਂ ਆਪਣੇ ਪੰਜਾਬ ਦੇ ਮੁੰਡਿਆਂ ਨੂੰ ਵੀ ਸਪੋਰਟ ਕਰਦੀ ਰਹਾਂਗੀ ਜੇ ਉਹ ਸਹੀ ਨੇ ਅਤੇ ਇਸ ਕਰਕੇ ਆਪਾਂ ਪਾਰਸ਼ਲ ਬਿਲਕੁਲ ਨਹੀਂ ਹੋਵਾਂਗੇ ਇਸ ਮਾਮਲੇ 'ਚ ਅੱਜ ACP ਕ੍ਰਾਈਮ ਜਲੰਧਰ ਨੂੰ ਇੰਸਟਰਕਸ਼ਨਸ ਦੇ ਦਿੱਤੀਆਂ ਜਾਣਗੀਆਂ ਹੁਣੇ ਕਿ ਵਾਈਫ ਅਤੇ ਬੱਚਿਆਂ ਨੂੰ ਇਮੀਡੀਏਟਲੀ SDM ਦੀ ਡਿਊਟੀ ਲਗਾਈ ਜਾਏਗੀ ਕਾਉਂਸਲਿੰਗ ਵਾਸਤੇ ਇੱਕ ਉਹਨਾਂ ਦੀ ਇੱਕ ਡਿਮਾਂਡ ਸੀ ਕਿ ਸਾਡੀ ਪ੍ਰਾਈਵੇਸੀ ਨੂੰ ਮੈਡਮ ਤੁਸੀਂ ਆਰਡਰ ਕਰੋ ਬਰਕਰਾਰ ਰੱਖਿਆ ਜਾਏ ਅਤੇ ਸਾਰੀ ਮੀਡੀਆ ਨੂੰ ਵੀ ਦਰਖਾਸਤ ਹੈ ਕਿ ਇਹ ਇੱਕ ਕਮਿਸ਼ਨ ਵੱਲੋਂ ਤੁਹਾਨੂੰ ਵੀ ਇੱਕ ਰਿਕੁਐਸਟ ਵੀ ਕੀਤੀ ਜਾਂਦੀ ਹੈ ਆਪਾਂ ਹਿਦਾਇਤ ਵੀ ਦਾਂਗੇ ਕਿ ਇੱਕ ਪ੍ਰੋਮੀਨੈਂਟ ਬੰਦਾ ਆਪਣੀ ਪ੍ਰਾਈ ਕੁਛ ਚੈਨਲ ਬਹੁਤ ਜ਼ਿਆਦਾ ਰੋਜ਼ ਉਹਦੀ ਬੱਚੀ ਦਾ ਚਿਹਰਾ ਢੱਕੇ ਬਿਨਾਂ ਇੱਕ ਜਵਾਨ ਬੱਚੀ ਦਾ ਵਰਜਨ ਦਿਖਾ ਰਹੇ ਨੇ ਉਹਨੇ ਉਹਦੇ ਉੱਤੇ ਬੜਾ ਕੜਾ ਇਤਰਾਜ਼ ਜਤਾਇਆ ਜੋ ਬੀਂਗ ਹੈ ਉਹਦੇ ਫਾਦਰ ਸਾਨੂੰ ਬਿਲਕੁਲ ਔਰ ਕਮਿਸ਼ਨ ਵੀ ਇਸ ਚੀਜ਼ ਨੂੰ ਸਪੋਰਟ ਕਰਦਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤਾਂ ਮੀਡੀਆ ਨੂੰ ਵੀ ਥੋੜ੍ਹੀ ਜਿਹੀ ਆਪਣੀ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਜੇ ਕੁਛ ਚੈਨਲ ਇੱਕ ਇਸ ਫੈਮਿਲੀ ਦਾ ਇੱਕ ਸੱਚ ਸਾਹਮਣੇ ਲੈ ਕੇ ਆ ਰਹੇ ਨੇ ਪਰ ਪੂਰਾ ਧੜਿਆਂ ਨੂੰ ਸੁਣਨ ਜ਼ਰੂਰ ਔਰ ਬੱਚਿਆਂ ਨੂੰ ਦੇਖਦੇ ਹੋਏ ਇੱਕ ਪ੍ਰਾਈਵੇਸੀ ਨੂੰ ਵੀ ਬਰਕਰਾਰ ਰੱਖਣ ਉਮੀਦ ਕਰਦੀ ਹਾਂ ਕਿ ਇਸ ਪਰਿਵਾਰ ਦੀ ਜਿਹੜੀ ਵੀ ਥੋੜ੍ਹੀ ਬਹੁਤ ਖਟਪਟ ਹੈ ਉਹਨੂੰ ਕਮਿਸ਼ਨ ਸਮੇਟ ਲਏਗਾ ਸਹਿਯੋਗ ਕਰਾਂਗੇ ਇੰਸਟਰਕਸ਼ਨਸ ਦੇ ਦਿੱਤੀਆਂ ਜਾ ਰਹੀਆਂ ਨੇ ਕਿ ਇਹਨਾਂ ਦੋਵਾਂ ਪਰਿਵਾਰਾਂ ਨੂੰ ਕਿਉਂਕਿ ਲਿਖਿਤ 'ਤੇ ਪੁਲਿਸ ਕੋਲ ਵੀ ਹਾਲੇ ਕੋਈ ਕੰਪਲੇਂਟ ਨਹੀਂ ਹੈ ਤੇ ਕਮਿਸ਼ਨ ਪੂਰੀ ਕੋਸ਼ਿਸ਼ ਕਰੇਗਾ ਕਿ ਇਸ ਮਸਲੇ ਨੂੰ ਸੁਲਝਾ ਦਿੰਦਾ ਜਾਏ ਇਹ ਵੀ ਗੱਲ ਜਿਸ ਤਰ੍ਹਾਂ ਤੁਸੀਂ ਮੀਡੀਆ ਦੀ ਗੱਲ ਕੀਤੀ ਹੈ ਜੀ ਮੀਡੀਆ ਦਿਖਾ ਰਿਹਾ ਤੇ ਕਮਿਸ਼ਨ ਤੇ ਵੀ ਗੱਲ ਆਉਂਦੀ ਹੈ ਕਿ ਜਿਹੜੇ ਇਦਾਂ ਦੇ ਹਾਈ ਪ੍ਰੋਫਾਈਲ ਕੇਸ ਹੁੰਦੇ ਨੇ ਬਿਲਕੁਲ ਸਿਰਫ ਉਹਦੇ ਲਈ ਸੂ ਮੋਟੋ ਲਿਆ ਜਾਂਦਾ ਬਾਕੀ ਕੇਸਾਂ ਤੇ ਕਿਉਂ ਨਹੀਂ ਲਿਆ ਜਾਂਦਾ ਇਹ ਤੇ ਤੁਹਾਡਾ ਕਹਿਣਾ ਹੈ ਨਾ ਕਿ ਸੂ ਮੋਟੋ ਪਤਾ ਆਪਾਂ ਕਿਸ ਕਰਕੇ ਲੈਨੇ ਆ ਇਹੋ ਜਿਹੇ ਲੋਕਾਂ ਤੇ ਸਿਰਫ ਕਿਉਂਕਿ ਸਾਡੇ ਸਮਾਜ 'ਚ
ਅੱਜ ਵੀ 30-40% ਫੈਮਲੀਆਂ ਦੀ ਲੇਡੀਜ਼ ਇਦਾਂ ਦੀਆਂ ਹੈਗੀਆਂ ਨੇ, ਹਾਈ ਪ੍ਰੋਫਾਈਲ ਲੈ ਲਓ, ਮਿਡਲ ਕਲਾਸ ਲੈ ਲਓ, ਲੋਅਰ ਮਿਡਲ ਕਲਾਸ ਲੈ ਲਓ, ਜਿਹੜੀ ਸਮਾਜ ਦੇ ਡਰ ਤੋਂ ਸਾਹਮਣੇ ਹੀ ਨਹੀਂ ਆਉਣਾ ਚਾਹੁੰਦੀਆਂ, ਆਪਣਾ ਦਰਦ ਹੀ ਨਹੀਂ ਛੁਪਾਉਣਾ ਚਾਹੁੰਦੀਆਂ ਸਿਰਫ ਇਹਨਾਂ ਲੋਕਾਂ ਦੇ। ਤੁਸੀਂ ਜੇ ਆਪਾਂ ਇਹਨਾਂ ਲੋਕਾਂ ਦੇ ਮੈਟਰ ਵੀ ਨਾ ਚੁੱਕੀਏ ਤੇ ਕੌਣ ਕੌਣ ਹੱਲਾ ਸ਼ੇਰੀ ਦੇਗਾ, ਕੌਣ ਵੁਮਨ ਕਮਿਊਨਿਟੀ ਨੂੰ ਸਪੋਰਟ ਕਰੇਗਾ? ਤੁਹਾਡਾ ਮੀਡੀਆ ਦਾ ਵੀ ਫਿਰ ਕੋਈ ਰੋਲ ਨਹੀਂ ਰਹਿ ਜਾਏਗਾ। ਜੇ ਕਮਿਸ਼ਨ ਸੂ ਮੋਟੋ ਲੈਂਦਾ ਹੈ ਤੇ ਮੀਡੀਆ ਕਿਆ ਲਈ ਦਿਖਾਉਂਦਾ ਹੈ? ਤੁਸੀਂ ਆਮ ਆਦਮੀ ਦਾ ਤਾਂ ਦਿਖਾਉਂਦੇ ਨਹੀਂ, ਬਹੁਤ ਘੱਟ ਹੀ ਰੇਅਰ ਤੁਹਾਡੀ ਨਜ਼ਰਾਂ ਤੋਂ ਵੀ ਆਉਂਦੇ ਹੋਣਗੇ, ਤੁਹਾਡੀ ਪਕੜ 'ਚ ਨਹੀਂ ਆ ਸਕਦੇ। ਪੂਰੇ ਪੰਜਾਬ ਦੇ ਮੈਟਰ ਹਰ ਫੈਮਲੀ 'ਚ 10-7 ਫੈਮਲੀਆਂ ਸਫ਼ਰ ਕਰ ਰਹੀਆਂ ਨੇ ਇਸ ਟਾਈਮ ਕੋਵਿਡ ਦੀ ਸਿਚੁਏਸ਼ਨ ਨਾਲ, ਅਤੇ ਜ਼ਰੂਰੀ ਨਹੀਂ ਹੈ ਸਾਰੇ ਮੈਟਰ ਮੀਡੀਆ ਦੀ ਨਜ਼ਰ 'ਚ ਵੀ ਆ। ਕਿਸ ਲਈ ਲੈ ਕੇ ਆਉਂਦੇ ਹੋ ਤੁਸੀਂ ਕਿ ਲੋਕਾਂ ਨੂੰ ਹੱਲਾ ਸ਼ੇਰੀ ਵੀ ਮਿਲੇ ਔਰ ਸਮਾਜ ਨੂੰ ਇੱਕ ਪਿਕਚਰ ਵੀ ਦਿਖਾ? ਅਤੇ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਚੀਜ਼ਾਂ 'ਚ, ਜੇ ਮੀਡੀਆ ਇਹੋ ਜਿਹੇ ਮਸਲਿਆਂ ਨੂੰ ਲੈ ਕੇ ਵੀ ਆਉਂਦਾ ਹੈ, ਪਰ ਕਿਤੇ ਨਾ ਕਿਤੇ ਸਾਰਿਆਂ 'ਚ ਪਰਫੈਕਸ਼ਨ ਨਹੀਂ ਹੁੰਦੀ। ਜਿਹੜਾ ਮੇਰਾ ਕੰਸਰਨ ਸਿਰਫ ਇੱਕ ਜਵਾਨ ਬੱਚੀ ਨੂੰ ਲੈ ਕੇ ਸੀ ਕਿ ਉਹਦਾ ਚਿਹਰਾ ਮੀਡੀਆ ਜੇ ਵਰਜਨ ਲੈ ਰਹੇ ਹੋ ਤੁਸੀਂ ਦਿਖਾਉਣਾ ਚਾਹੁੰਦੇ ਹੋ, ਉਹਦਾ ਬੱਚੀ ਦਾ ਚਿਹਰਾ ਢੱਕਿਆ ਜਾਏ। ਕਿਤੇ ਨਾ ਕਿਤੇ ਗੱਲ ਸੁਣਨ ਦੇ ਵਿੱਚ ਆ ਰਹੀ ਹੈ ਕਿ ਸਾਰਾ ਪ੍ਰਾਪਰਟੀ ਨੂੰ ਲੈ ਕੇ ਹੋ ਰਿਹਾ। ਕਹਿਣਾ ਸੀ ਉਹਦਾ, ਕਹਿਣਾ ਸੀ, ਯੈਸ ਕਹਿਣਾ ਸੀ ਕਿ ਜਿਹੜਾ ਸਾਲੀ ਪਹਿਲੇ ਉਹਦਾ ਜਿਹੜਾ ਬ੍ਰਦਰ ਇਨ ਲਾਅ ਹੈ, ਹਸਬੈਂਡ ਹੈ, ਦਿੱਲੀ ਰਹਿੰਦਾ ਸੀ, ਕੁਛ ਪ੍ਰੋਪਰ ਕੋਠੀ ਨੂੰ ਕਿਰਾਏ ਨੂੰ ਲੈ ਕੇ, ਪੈਸਿਆਂ ਨੂੰ ਲੈ ਕੇ, ਨਾਲੇ ਉਹਦਾ ਇੱਕ ਹੋਰ ਕੰਸਰਨ ਸੀ ਜੋ ਮੈਨੂੰ ਇੱਕ ਬੜਾ ਵਾਜਿਬ ਲੱਗਾ ਕਿ ਮੇਰੇ ਮੈਡਮ ਜਵਾਨ ਬੱਚੇ ਹੋ ਗਏ ਨੇ, ਮੈਂ ਲਾਈਫ ਵਿੱਚ ਬੜਾ ਸਟਰਗਲ ਕੀਤਾ ਅਤੇ ਮੈਂ ਆਪਣੇ ਬੱਚਿਆਂ ਨੂੰ ਇੱਕ ਅੱਛੀ ਐਜੂਕੇਸ਼ਨ ਦੇਣ ਪਿੱਛੇ, ਜੋ ਇੱਕ ਪੇਰੈਂਟਸ ਦਾ ਇੰਡੀਅਨ ਸਾਡੇ ਪੇਰੈਂਟਸ ਦਾ ਇੱਕ ਕੰਸਰਨ ਹੁੰਦਾ ਹੈ ਕਿ ਆਪਾਂ ਖਾਧਾ ਘੱਟ ਹੋਏ, ਸਾਨੂੰ ਉਹ ਚੀਜ਼ ਨਾ ਮਿਲੀ ਹੋਈ ਪਰ ਆਪਾਂ ਆਪਣੇ ਬੱਚਿਆਂ ਨੂੰ ਇਹ ਅੱਛੀ ਲਾਈਫ ਦੇ ਸਕੀਏ। ਉਹ ਕਹਿੰਦਾ ਹੈ ਕਿ ਸਾਰਾ ਦਿਨ ਬੱਚੇ ਫੋਨ 'ਤੇ ਗੇਮਾਂ ਖੇਡਦੇ ਰਹਿੰਦੇ, ਲੱਗੇ ਰਹਿੰਦੇ, ਅਤੇ ਮੈਂ ਟੋਕਦਾ ਸਾਂ ਅਤੇ ਮਦਰ ਦਾ ਔਰ ਮਾਸੀ ਦਾ ਬਹੁਤ ਇੰਟਰਫੇਰੈਂਸ ਸੀ, ਉਹ ਚੀਜ਼ ਨੂੰ ਲੈ ਕੇ ਸਾਡੇ ਆਪਸ ਵਿੱਚ ਵਿਵਾਦ ਜੀ। ਉਹ ਕਹਿੰਦਾ ਹੈ ਕਿ ਕੋਠੀ ਕਿਰਾਏ 'ਤੇ ਦੇਣੀ ਸੀ, ਮੈਂ ਦੇਖੋ ਕਹਿੰਦਾ ਮੇਰੀ ਬਹੁਤ ਸਾਰੀ ਚੀਜ਼ਾਂ ਵਾਈਫ ਦੇ ਨਾਮ ਹੀ ਨੇ, ਬੱਚਿਆਂ ਦੇ ਨਾਮ ਹੀ ਨੇ, ਉਹਨਾਂ ਲਈ ਤਾਂ ਕਰ ਰਿਹਾ ਵਾਂ, ਪਰ ਇੱਕ ਆਦਮੀ ਦਾ ਬੈਲੈਂਸ ਕਰਨਾ ਹੋਰ ਵਾਈਫ ਨੂੰ ਪੁੱਛਣਾ ਤੇ ਕੋਈ ਇੱਕ ਕਹਿੰਦੇ 'ਚ ਗੁਨਾਹ ਨਹੀਂ ਹੈ। ਦੇਖੋ ਹਾਲੇ ਤਾਂ ਉਹਨਾਂ ਦੀ ਵਾਈਫ ਸਾਡੇ ਕੋਲ ਆਈ ਨਹੀਂ, ਨਾ ਉਹਦਾ ਸਾਡੇ ਕੋਲ ਸਟੇਟਮੈਂਟ ਆਈ ਹੈ, ਨਾ ਵਰਜ਼ਨ ਆਇਆ, ਅਤੇ ਇਹਦੇ ਬਾਰੇ 'ਚ ਆਪਾਂ ਇਹ ਨਹੀਂ ਕਹਿ ਰਹੇ ਕਿ ਉਹਦੀ ਵਾਈਫ ਗਲਤ ਹੈ। ਜੇ ਅੱਜ ਨਹੀਂ ਆਈ, ਖਾਲੀ ਹੁਸੈਨਪੁਰੀ ਆਇਆ, ਤਾਂ ਆਪਾਂ ਇਹ ਨਹੀਂ ਕਹਿ ਰਹੇ ਕਿ ਉਹ ਖੁਦ ਠੀਕ ਹੈ, ਖੁਦ ਠੀਕ ਹੈ, ਆਪਾਂ ਉਹਨਾਂ ਦੀ ਸਟੇਟਮੈਂਟ ਤੁਹਾਨੂੰ ਦੱਸ ਰਹੇ ਹਾਂ ਕਿ ਉਹਨਾਂ ਦੀ ਇਹ ਸਟੇਟਮੈਂਟ ਸੀ, ਇਹ ਵਰਜ਼ਨ ਸੀ। ਪਰ ਅੱਜ ACP ਕ੍ਰਾਈਮ ਜਲੰਧਰ ਨੂੰ ਹਾਲੇ ਹੁਣੇ ਇਮੀਡੀਏਟਲੀ ਇੰਸਟਰਕਸ਼ਨਸ ਦਿੱਤੀਆਂ ਜਾ ਰਹੀਆਂ ਨੇ ਕਿ ਇਮੀਡੀਏਟਲੀ ਇੱਕ ਤਾਂ ਉਹ ਆਪਣੇ ਬੱਚਿਆਂ ਤੋਂ ਮਿਲਣ ਤੋਂ ਉਹਨੂੰ ਕੋਈ ਨਹੀਂ ਰੋਕ ਸਕਦਾ। ਬੱਚੇ ਆਈ ਥਿੰਕ 15-16 ਸਾਲ ਦੀ ਉਹਨਾਂ ਦੀ ਬੇਟੀ ਹੈ ਜੋ ਕਿ ਮੈਂ ਸੋਸ਼ਲ ਮੀਡੀਆ 'ਤੇ ਦੇਖੀ, ਅਤੇ ਮਿਲਵਾਇਆ ਜਾਏ ਬੱਚਿਆਂ ਨੂੰ ਮਿਲਣ ਤੋਂ। ਇੱਕ ਵਾਈਫ ਨੇ ਕੋਈ ਇਨ ਰਿਟਰਨ ਕੰਪਲੇਂਟ ਨਹੀਂ ਦਿੱਤੀ, ਜੇ ਉਹਨੂੰ ਕੋਈ ਇਸ਼ੂਜ਼ ਹੈਨ ਕਮਿਸ਼ਨ ਨੂੰ, ਲੋਕਲ ਪੁਲਿਸ ਸਟੇਸ਼ਨ ਵਿੱਚ, ਵੁਮਨ ਸੈੱਲ ਵਿੱਚ ਉਹ ਕੰਪਲੇਂਟ ਦੇ ਸਕਦੀ ਹੈ। ਜਲੰਧਰ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਬੱਚੇ ਨੇ ਸਟੇਟਮੈਂਟ ਦਿੱਤੀ ਹੈ ਕਿ ਉਹਨਾਂ ਨੇ ਕੁੱਟਮਾਰ ਨਹੀਂ ਕੀਤੀ ਉਹਨਾਂ ਦੇ ਨਾਲ, ਪਹਿਲੇ ਉਹ ਕਹਿ ਰਹੇ ਸੀ। ਹਾਂ ਯੈਸ, ਇੱਕ ਹੈ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ CDPO ਨੇ ਸਟੇਟਮੈਂਟ ਲਿੱਤੀ ਹੈ, ਉਹਦੇ 'ਚ ਬੱਚੇ ਨੇ ਕੋਈ ਮੇਰੇ ਖਿਲਾਫ ਵਰਜਨ ਨਹੀਂ ਦਿੱਤਾ। ਇਹਦੀ ਆਪਾਂ ਪੂਰੀ ਇੰਕੁਆਇਰੀ ਕਰਾਂਗੇ, ਦੁਬਾਰਾ ਤੋਂ ਬੱਚਿਆਂ ਦੀ ਪ੍ਰਾਈਵੇਸੀ ਰੱਖ ਕੇ ਉਹਨਾਂ ਦੀ ਬੱਚਿਆਂ ਦੀ ਸਟੇਟਮੈਂਟ ਜ਼ਰੂਰ ਲਿੱਤੀ ਜਾਏਗੀ। ਸਾਲੀ ਦਾ ਰੋਲ ਹੈਗਾ ਤੇ ਉਹਨਾਂ ਦੇ ਉੱਤੇ ਕੀ ਕਾਰਵਾਈ ਹੋਏਗੀ? ਕਾਰਵਾਈ ਦੇਖੋ, ਅਗਰ ਬੱਚੇ ਸਾਨੂੰ ਸਟੇਟਮੈਂਟ ਦਿੰਦੇ ਨੇ ਔਰ ਜੇ ਸਾਨੂੰ ਨਜ਼ਰ ਆਇਆ ਕਿ ਇੱਕ ਪ੍ਰੋਮੀਨੈਂਟ ਬੰਦੇ ਨੂੰ, ਔਰ ਲੇਡੀਜ਼ ਵੀ ਮੈਨੂੰ ਜੋ ਇੱਕ IO ਨੇ ਦੱਸਿਆ ਕਿ ਉਹਨਾਂ ਦੀ ਵਾਈਫ ਨਾਲ ਜਦੋਂ ਗੱਲ ਕੀਤੀ, ਉਹਨੂੰ ਸਾਡੀ ਸਬ ਇੰਸਪੈਕਟਰ SHO ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹਨੇ ਐਗਰੀ ਕੀਤਾ, ਉਹ ਤਿਆਰ ਸੀ ਕਿ ਠੀਕ ਹੈ ਇਹਨਾਂ ਚੀਜ਼ਾਂ ਨੂੰ ਸਮਝਣ ਨੂੰ ਤਿਆਰ ਸੀ, ਪਰ ਸਾਲੀ ਦਾ ਬਹੁਤ ਇਨਫਲੂਐਂਸ ਸੀ। ਇਸ ਚੀਜ਼ ਨੂੰ ਦੇਖਾਂਗੇ। ਕੁਐਸਚਨ ਹੈ ਜੀ, ਸਮਾਜਿਕ ਤੌਰ ਤੇ ਅਸੀਂ ਗੱਲ ਕਰੀਏ, ਜਿਵੇਂ ਤੁਸੀਂ ਹਮੇਸ਼ਾ ਕਹਿੰਦੇ ਰਹਿੰਦੇ ਹੋ ਕਿ ਹਮੇਸ਼ਾ ਔਰਤਾਂ ਸਹੀ ਨਹੀਂ ਹੁੰਦੀਆਂ, ਜਿਵੇਂ ਤੁਸੀਂ ਹੁਣ ਵੀ ਕਹਿ ਰਹੇ ਸੀ, ਤੇ ਤੁਹਾਨੂੰ ਇਸ ਤੋਂ ਕੀ ਨਿਕਲ ਆ ਰਿਹਾ ਕਿ ਸਮਾਜ ਸਾਡਾ ਕਿੱਧਰ ਨੂੰ ਜਾ ਰਿਹਾ? ਅਸੀਂ ਸੱਭਿਅ ਸਮਾਜ ਦੇ ਲੋਕ ਹੈਗੇ ਆ, ਤੇ ਜਿਹੜਾ ਬਹੁਤ ਵੱਡੀ ਗੱਲ ਇਹ ਹੈ, ਬਹੁਤ ਸੋਹਣੀ ਗੱਲ ਤੁਸੀਂ ਕੀਤੀ ਹੈ। ਤੁਹਾਡੇ ਨਾਲ ਪਹਿਲੇ ਵੀ ਡਿਸਕਸ਼ਨ ਹੁੰਦਾ ਰਹਿੰਦਾ ਸਾਰੇ ਮੀਡੀਆ ਦੇ, ਤੁਸੀਂ ਲੋਕ ਬਹੁਤ ਸਪੋਰਟ ਕਰਦੇ ਹੋ, ਔਰ ਮੈਂ ਇਸ ਚੀਜ਼ ਨੂੰ ਬੈਲੈਂਸ ਕਰਨ ਦੀ, ਅੱਜ ਕੱਲ੍ਹ ਦੇ ਸਾਡੇ ਬੱਚਿਆਂ ਨੂੰ ਬੈਲੈਂਸ ਕਰਨ ਦੀ ਜ਼ਰੂਰਤ ਹੈ। ਹੋਰ ਇੱਕ ਗੱਲ ਕਹਾਂਗੀ ਕਿ ਪੇਰੈਂਟਸ ਦਾ ਇਨਫਲੂਐਂਸ, ਸਿਸਟਰਸ ਦਾ ਰਿਸ਼ਤਿਆਂ ਵਿੱਚ ਨਾ ਪੇਰੈਂਟਸ ਦਾ ਇਨਫਲੂਐਂਸ, ਜਾਂ ਤਾਂ ਆਪਣੇ ਬੱਚਿਆਂ ਦੀ ਸ਼ਾਦੀ ਨਾ ਕਰੋ, ਜੇ ਬੱਚਿਆਂ ਨੂੰ ਜੀਵਨ ਵਿੱਚ ਅੱਗੇ ਵਧਾ ਰਹੇ ਹੋ ਉਹਨਾਂ ਨੂੰ ਬੈਲੈਂਸ ਕਰਨਾ ਸਿਖਾਓ। ਹੋਰ ਜੇ ਬੱਚਿਆਂ ਦੀ ਖੁਸ਼ੀ ਲਈ ਇਹ ਸਭ ਕੁਝ ਕਰ ਰਹੇ ਹੋ, ਪਰਿਵਾਰਾਂ ਨੂੰ ਨਾਲ ਜੋੜ ਰਹੇ ਹੋ, ਤਾਂ ਉਹਨਾਂ ਨੂੰ ਰਿਸ਼ਤਿਆਂ 'ਚ ਅੱਗੇ ਵੀ ਵਧਣ ਦਿਓ। ਬਹੁਤ ਇਨਫਲੂਐਂਸ ਵੱਧ ਰਿਹਾ ਪਰਿਵਾਰਾਂ ਦਾ। ਗੱਲ ਸਾਹਮਣੇ ਆ ਰਹੀ ਸੀ ਕਿ ਉਹਨਾਂ ਦਾ UK ਦੇ ਵਿੱਚ ਵੀ ਵਿਆਹ ਹੋਇਆ ਪਿਆ,
ਯੂਕੇ ਦੇ ਵਿੱਚ ਵੀ ਬੱਚੇ ਹੈਗੇ ਆ, ਕੁੜੀ ਹੈਗੀ ਆ, ਅਫੇਅਰ ਵੀ ਉਹਨਾਂ ਦਾ। ਸਬੂਤ ਦਿਓ ਨਾ, ਸਬੂਤ ਦਿਓ ਕਾਰਵਾਈ। ਪਰ ਇਹ ਗੱਲਾਂ ਤੁਹਾਡੇ ਸਾਹਮਣੇ ਆਈਆਂ ਹਲੇ ਤੱਕ ਨਹੀਂ ਮੇਰੇ ਸਾਹਮਣੇ ਕੋਈ। ਉਹਨਾਂ ਦੀ ਵਾਈਫ ਨਹੀਂ ਨਾ ਆਈ, ਮੈਂ ਤੁਹਾਨੂੰ ਇੱਕੋ ਗੱਲ ਬਾਰ-ਬਾਰ ਕਹਿ ਰਹੀ ਆ, ਜੇ ਇਦਾਂ ਦਾ ਕੁਝ ਹੋਏਗਾ ਉਹਨਾਂ ਦੀ ਵਾਈਫ ਦੀ ਸਟੇਟਮੈਂਟ ਆਏ, ਉਹ ਸਾਨੂੰ ਇਨ ਰਿਟਨ ਦੇ ਆਪਾਂ ਇਨਕੁਆਇਰੀ ਕਰਾਵਾਂਗੇ। ਜੇ ਇਦਾਂ ਦਾ ਵੀ ਕੁਝ ਪਾਇਆ ਗਿਆ ਕਾਰਵਾਈ ਹੋਏਗੀ। ਨੈਕਸਟ ਟਾਈਮ ਉਹਨਾਂ ਦੀ ਵਾਈਫ ਨੂੰ ਕਦੋਂ ਸਮਝ ਕੇ ਜਾਏ। ਹਲੇ ਤੇ ਦੇਖੋ, ਅੱਜ ਆਪਾਂ ਏਸੀਪੀ ਕ੍ਰਾਈਮ ਦੀ ਡਿਊਟੀ ਲਗਾ ਰਹੇ ਆ, ਉਹ ਇਨਵੈਸਟੀਗੇਸ਼ਨ ਕਰਨਗੇ, ਸਾਨੂੰ ਰਿਪੋਰਟ ਦੇਣਗੇ 3-4 ਦਿਨ ਵਿੱਚ। ਤੁਹਾਨੂੰ ਮੀਡੀਆ ਨੂੰ ਸਭ ਤੋਂ ਪਹਿਲਾਂ ਆਪਾਂ ਇਨਫੋਰਮ ਕਰਾਂਗੇ। ਥੈਂਕ ਯੂ।